ਸਤਿ ਸ਼੍ਰੀ ਅਕਾਲ ਜੀ। ਹੈਲੋ ਜੀ, ਕਿੱਦਾਂ ਹਾਲ ਚਾਲ ਜੀ? ਠੀਕ ਠਾਕ ਹੋ ਸਾਰੇ ਜਣੇ? ਲਓ ਜੀ, ਹਾਂਜੀ ਆ ਗਏ ਜੀ ਸਾਰੇ। ਥੈਂਕ ਯੂ ਜੀ, ਥੈਂਕ ਯੂ ਸੋ ਮੱਚ। ਅਤੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਰਿਪਬਲਿਕ ਡੇ ਦੀਆਂ। ਅਤੇ ਥੈਂਕ ਯੂ ਜੀ, ਥੈਂਕ ਯੂ, ਤੁਹਾਨੂੰ ਵੀ ਸਾਰਿਆਂ ਨੂੰ ਬਹੁਤ ਮੁਬਾਰਕਾਂ ਜੀ। ਕਾਫੀ ਦੇਰ ਤੋਂ ਮੈਂ ਲਾਈਵ ਹੋਣਾ ਚਾਹੁੰਦਾ ਸੀਗਾ, ਕਿਉਂਕਿ ਜਦੋਂ ਸੂਬੇਦਾਰ ਜੋਗਿੰਦਰ ਸਿੰਘ ਦਾ ਟੀਜ਼ਰ ਰਿਲੀਜ਼ ਕੀਤਾ ਵਾ, ਉਸ ਤੋਂ ਬਾਅਦ ਲਾਈਵ ਨਹੀਂ ਹੋਇਆ। ਮੈਂ ਕਿਹਾ ਲਾਈਵ ਹੋ ਕੇ ਤੁਹਾਡਾ ਸਾਰਿਆਂ ਦਾ ਥੈਂਕਸ ਕਰ ਦਿੱਤਾ ਜਾਵੇ, ਧੰਨਵਾਦ ਕਰ ਦਿੱਤਾ ਜਾਵੇ ਜੀ। ਤੁਸੀਂ ਟੀਜ਼ਰ ਨੂੰ ਬਹੁਤ ਸਪੋਰਟ ਦਿੱਤੀ, ਬਹੁਤ ਪਿਆਰ ਦਿੱਤਾ। ਸਾਰੇ ਪਾਸੇ ਮੈਂ ਦੇਖਦਾ ਟ੍ਰੈਂਡਿੰਗ ਨੰਬਰ 1 ਚੱਲ ਰਿਹਾ ਜਦੋਂ ਦਾ ਆਇਆ ਹੋਇਆ ਵਾ। ਅਤੇ ਅਸੀਂ ਥੈਂਕ ਯੂ ਜੀ, ਥੈਂਕ ਯੂ ਸੋ ਮੱਚ, ਥੈਂਕ ਯੂ ਜੀ ਅਦਾਨ ਜੱਟ ਸਾਹਿਬ, ਥੈਂਕ ਯੂ ਸਲਾਮ ਜੀ, ਥੈਂਕ ਯੂ ਜੀ। ਹੈਪੀ ਰਿਪਬਲਿਕ ਡੇ ਫਿਰ ਤੋਂ ਇੱਕ ਵਾਰੀ ਸਾਰਿਆਂ ਨੂੰ। ਨੀਲਦੀਪ ਕੌਰ ਜੀ ਦਾ ਬਰਥਡੇ ਆ ਜੀ, ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਤੁਹਾਡੇ ਜਨਮ ਦਿਨ ਦੀਆਂ ਵੀ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਹੋਰ ਕਿੱਦਾਂ ਹਾਲ ਚਾਲ ਜੀ? ਠੀਕ ਠਾਕ ਹੋ ਜੀ? ਕੀ ਕਰ ਰਹੇ ਹੋ ਅੱਜ? ਛੁੱਟੀ ਮਨਾਈ ਜਾ ਰਹੀ ਆ, ਘਰ ਬੈਠ ਕੇ ਪਰੇਡ ਦੇਖ ਰਹੇ ਹੋ? ਅਤੇ ਮੈਂ ਖਾਸ ਤੌਰ 'ਤੇ ਲਾਈਵ ਕੱਲ੍ਹ ਪਹਿਲਾਂ ਆਉਣਾ ਸੀ, ਮੈਂ ਕਿਹਾ ਨਹੀਂ ਅੱਜ ਜਾਵਾਂਗੇ, ਨਾਲ ਦੀ ਨਾਲ ਤੁਹਾਨੂੰ ਰਿਪਬਲਿਕ ਡੇ ਦੀਆਂ ਸ਼ੁਭਕਾਮਨਾਵਾਂ ਦੇਵਾਂਗੇ ਅਤੇ ਤੁਹਾਡਾ ਧੰਨਵਾਦ ਕਰਾਂਗੇ ਸਾਰੇ ਜਗ੍ਹਾ 'ਤੇ। ਤੁਸੀਂ ਜਿਹੜਾ ਟੀਜ਼ਰ ਨੂੰ ਇੰਨਾ ਜ਼ਿਆਦਾ ਸ਼ੇਅਰ ਕੀਤਾ, ਸਪੋਰਟ ਕੀਤੀ ਆ, ਤੁਹਾਡੇ ਕਮੈਂਟਸ ਹੈ। ਪਰ ਹਾਲੇ ਵੀ ਮੈਂ ਦੇਖਿਆ ਕਈ ਬੰਦੇ ਮੈਨੂੰ ਵਾਰ ਵਾਰ ਪੁੱਛ ਰਹੇ ਨੇ ਵੀ ਜਿਹੜੀ ਫਿਲਮ ਹੈ ਇਹ ਕਿਹੜੀ ਵਾਰ ਹੈ? ਇਹ 1962 ਦੀ 1962 ਦੀ ਵਾਰ ਹੈ ਜੀ, ਵਾਰ ਅਗੇਂਸਟ ਚਾਈਨਾ। ਇਹ ਚਾਈਨਾ ਨਾਲ 1962 ਦੇ ਵਿੱਚ ਲੜਾਈ ਹੋਈ ਸੀਗੀ ਜੀ, ਤੈਵਾਂਗ ਉੱਥੇ ਚਾਈਨਾ ਨਾਲ, ਅਤੇ ਸੂਬੇਦਾਰ ਜੋਗਿੰਦਰ ਸਿੰਘ ਅਤੇ ਉਹਨਾਂ ਦੇ 21 ਹੋਰ ਸਾਥੀਆਂ ਦੇ ਨਾਲ। ਉਹ ਸਿਰਫ ਉੱਥੇ 22 ਜਣੇ ਸੀਗੇ ਅਤੇ ਦੂਜੇ ਪਾਸੇ ਆਲਮੋਸਟ 1000 ਬੰਦਾ ਸੀਗਾ। ਸੋ ਉਹ ਲੜਾਈ ਦੀ ਕਹਾਣੀ ਆ, ਬਾਕੀ ਇਹ ਇਕੱਲੀ ਲੜਾਈ ਨਹੀਂ ਹੈਗੀ ਜੀ, ਕਿਉਂਕਿ ਬਾਇਓਪਿਕ ਆ ਸੂਬੇਦਾਰ ਜੋਗਿੰਦਰ ਸਿੰਘ ਜੀ ਦੀ। ਅਤੇ ਇਹਦੇ 'ਚ ਦਿਖਾਇਆ ਗਿਆ ਕਿ ਉਹਨਾਂ ਨੇ ਫੌਜ ਕਿਉਂ ਜੁਆਇਨ ਕੀਤੀ, ਕੀ ਮਕਸਦ ਸੀਗਾ, ਅਤੇ ਉਹਨਾਂ ਦੀ ਲਾਈਫ 'ਚ ਕੀ ਹੋਇਆ, ਕੌਣ ਪਰਿਵਾਰ 'ਚ ਸੀ, ਕਿੱਦਾਂ ਸੀ ਉਸ ਵੇਲੇ ਦਾ ਸਮਾਂ, ਕਿੱਦਾਂ ਸੀ, ਕਿਉਂਕਿ ਫਿਲਮ 1947 ਤੋਂ ਪਹਿਲਾਂ ਦੀ ਵੀ ਆ ਅਤੇ 1947 ਤੋਂ ਬਾਅਦ ਦੀ ਵੀ ਆ। ਸੋ 47 ਤੋਂ ਪਹਿਲਾਂ ਕਿੱਦਾਂ ਸੀ ਲਾਈਫ, ਉਸ ਤੋਂ ਬਾਅਦ ਕਿੱਦਾਂ ਸੀਗੀ। ਥੈਂਕ ਯੂ ਜੀ, ਥੈਂਕ ਯੂ ਇੱਕ ਫਿਰ ਸਾਰਿਆਂ ਦੇ, ਥੈਂਕ ਯੂ ਜੀ ਜਿਨ੍ਹਾਂ ਦੇ ਮੈਸੇਜ ਆ ਰਹੇ ਨੇ ਥੱਲਿਓ। ਕਮਰਾਨ ਸਜਾਦ ਸਾਹਿਬ ਥੈਂਕ ਯੂ ਜੀ, ਆਈ ਲਵ ਯੂ ਟੂ ਬ੍ਰਦਰ, ਥੈਂਕ ਯੂ ਸੋ ਮੱਚ, ਥੈਂਕ ਯੂ ਜੀ ਸਾਰਿਆਂ ਦਾ। ਅਤੇ ਉਸ ਲੜਾਈ ਦੀ ਇਸ ਫਿਲਮ ਦੇ ਵਿੱਚ ਗੱਲਬਾਤ ਹੈ ਜੀ, 1962 ਵਾਲੀ। ਅਤੇ ਤੁਸੀਂ ਜ਼ਰੂਰ ਸਾਰੇ ਜਾਣੇ ਸ਼ੇਅਰ ਕਰਿਓ, ਸਪੋਰਟ ਕਰਿਓ ਜੀ ਸਾਰੇ ਜਾਣੇ। ਲਵ ਯੂ, ਅੱਛਾ ਥੈਂਕ ਯੂ ਫਾਰ, ਥੈਂਕ ਯੂ ਜੀ, ਥੈਂਕ ਯੂ ਸੋ ਮੱਚ, ਥੈਂਕ ਯੂ ਜੀ। ਚੌਧਰੀ ਸਾਹਿਬ ਥੈਂਕ ਯੂ ਜੀ, ਉਸਮਾਨ ਖਾਨ ਜੀ ਥੈਂਕ ਯੂ ਸੋ ਮੱਚ। ਸੋ ਮੈਂ ਤਾਂ ਹੀ ਬਹੁਤ ਬੰਦਿਆਂ ਦੇ ਕੁਸ਼ਚਨ ਸੀਗੇ, ਕਹਿੰਦੇ ਫਿਲਮ ਦੇ ਬਾਰੇ ਕੰਪਲੀਟ ਸਾਨੂੰ ਜ਼ਰੂਰ ਦੱਸੋ, ਕਿਉਂਕਿ ਛੋਟਾ ਜਿਹਾ ਟੀਜ਼ਰ ਆ ਉਹਦੇ 'ਚ ਪਤਾ ਨਹੀਂ ਲੱਗਦਾ ਹੈਗਾ, ਅਤੇ ਟ੍ਰੇਲਰ ਜਲਦੀ ਰੈਡੀ ਸਟੱਡੀ ਹੋ ਰਿਹਾ ਜੀ। 6 ਅਪ੍ਰੈਲ ਨੂੰ ਵਰਲਡ ਵਾਈਡ ਫਿਲਮ ਰਿਲੀਜ਼ ਹੋ ਰਹੀ ਹੈ ਜੀ, ਇਹ 6 ਅਪ੍ਰੈਲ ਨੂੰ। ਸੋ ਪੂਰੀਆਂ ਤਿਆਰੀਆਂ ਸ਼ਿਆਰੀਆਂ, ਔਰ ਬਹੁਤ ਹੀ ਟੱਚ ਵੁੱਡ ਵਧੀਆ ਫਿਲਮ ਬਣੀ ਹੈ ਜੀ। ਮੈਨੂੰ ਐਂ ਲੱਗਦਾ ਕਿ ਥੈਂਕ ਯੂ ਜੀ। ਅਮੀਤ ਜੀ ਕਹਿੰਦੇ ਭਾਅ ਜੀ ਮੇਰੇ ਫੁੱਫੜ ਜੀ ਵੀ ਸੀਗੇ ਇਸ ਲੜਾਈ ਵਿੱਚ, ਸੱਚੀ ਦਿਲੋਂ ਸਲਿਊਟ ਹੈ, ਥੈਂਕ ਯੂ ਵੀਰੇ, ਥੈਂਕ ਯੂ ਜੀ, ਥੈਂਕ ਯੂ ਸੋ ਮੱਚ, ਥੈਂਕ ਯੂ ਜੀ। ਸਾਹਿਤ ਜੀ ਥੈਂਕ ਯੂ ਸੋ ਮੱਚ, ਥੈਂਕ ਯੂ। ਹਾਂ ਜੀ, ਜਿਹੜੇ ਵੀਰੇ ਪਾਕਿਸਤਾਨ ਤੋਂ ਮੈਸੇਜ ਕਰ ਰਹੇ ਨੇ ਉਹਨਾਂ ਲਈ ਵੀ ਥੈਂਕ ਯੂ ਹੈ ਜੀ। ਅਤੇ ਜ਼ਰੂਰ ਤੁਸੀਂ ਵੀ ਸਾਰਿਆਂ ਨੇ ਪਾਕਿਸਤਾਨ ਵਾਲੇ ਮੇਰੇ ਵੀਰ, ਜਿੰਨੇ ਵੀ ਫੈਨਸ ਸਾਡੇ ਇਸ ਪੇਜ ਦੇ ਉੱਤੇ ਮੈਸੇਜ ਮੈਨੂੰ ਕਰਦੇ ਨੇ, ਤੁਸੀਂ ਵੀ ਸਾਰਿਆਂ ਨੇ ਸ਼ੇਅਰ ਕਰਨੀ ਹੈ ਜੀ ਇਹ ਜ਼ਰੂਰ, ਕਿਉਂਕਿ ਮੈਂ ਹਮੇਸ਼ਾ ਦੇਖਦਾ ਕਿ ਜਦੋਂ ਮੈਨੂੰ ਥੱਲੇ ਕਮੈਂਟ ਆਉਂਦੇ ਨੇ ਬਹੁਤ ਜ਼ਿਆਦਾ, ਉੱਧਰੋਂ ਵੀ ਆਉਂਦੇ ਨੇ ਜੀ, ਅਤੇ ਉਹ ਜਿਹੜੇ ਭਰਾ ਸਾਡੇ ਨਾਲ ਜੁੜੇ ਹੋਏ ਨੇ, ਜਿਹੜੀਆਂ ਉੱਧਰਲੀਆਂ ਫੈਮਿਲੀਆਂ ਜੁੜੀਆਂ ਹੋਈਆਂ ਨੇ। ਸੋ ਸਾਰਿਆਂ ਨੂੰ ਕਿ ਜ਼ਰੂਰ ਇਸ ਫਿਲਮ ਨੂੰ ਟੀਜ਼ਰ ਨੂੰ ਸ਼ੇਅਰ ਕਰੋ ਜੀ, ਕਿਉਂਕਿ ਬੜੀ ਮੁਸ਼ਕਿਲ ਨਾਲ ਕਿਸੇ ਆਰਟਿਸਟ ਦੇ ਹਿੱਸੇ ਕੋਈ ਇੱਦਾਂ ਦੀ ਫਿਲਮ ਆਉਂਦੀ ਹੈ। ਅਸੀਂ ਸਾਰੀ ਟੀਮ ਨੇ ਬਹੁਤ ਐਫਰਟ ਕੀਤੀ ਹੈ ਜੀ, ਅਤੇ ਉਹ ਬੜਾ ਅਜੀਬ ਵਕਤ ਸੀਗਾ ਜੀ। ਵੈਸੇ ਤਾਂ ਅੱਜ ਰਿਪਬਲਿਕ ਡੇ ਆ, ਅਸੀਂ ਤਾਂ ਵੈਸੇ ਹੀ ਦਿਲੋਂ ਹਮੇਸ਼ਾ ਇਹ ਦੁਆ ਕਰਦੇ ਹਾਂ ਵੀ ਜ਼ਿੰਦਗੀ 'ਚ ਕਦੇ ਵੀ ਕੋਈ ਇੱਦਾਂ ਦਾ ਮੌਕਾ ਨਾ ਆਵੇ ਕਿ ਆ ਜੰਗ ਲੱਗੇ, ਲੜਾਈਆਂ ਝਗੜੇ ਹੋਣੀਆਂ ਨਹੀਂ ਚਾਹੀਦੀਆਂ ਹੈਗੀਆਂ। ਅਤੇ ਉਸ ਵਕਤ ਜਿਹੜੀ ਬਰੇਵਰੀ ਨਾਲ ਸੂਬੇਦਾਰ ਜੋਗਿੰਦਰ ਸਿੰਘ ਜੀ ਲੜੇ ਸੀਗੇ, ਉਸ ਦੇ ਉੱਤੇ ਫਿਲਮ ਆ ਜੀ 1962। ਇਹ ਸਾਈਨੋ ਜਿਹੜੀ ਚਾਈਨਾ ਦੇ ਨਾਲ ਵਾਰ ਸੀਗੀ, ਅਤੇ ਉਹਦੇ ਉੱਤੇ ਫਿਲਮ ਹੈ ਜੀ। ਅਤੇ ਤੁਸੀਂ ਜ਼ਰੂਰ ਟੀਜ਼ਰ ਨੂੰ ਸ਼ੇਅਰ ਕਰੋ। ਅਤੇ ਦੂਸਰਾ
अच्छा जी, थैंक यू जी, थैंक यू जी। पाकिस्तान वाले कहते रिपब्लिक डे दिया बहुत बहुत मुबारक। मुहम्मद उस्मान जी, थैंक यू साहब। साहिल जी, थैंक यू जी, कहते वेट कर रहे हैं जी मूवी की। जोत रंधावा जी कहते मैं आर्मी चा जी, मेजर हरजोत रंधावा जनाब, सल्यूट है जी थानू, थैंक यू सो मच। मैं जरूर कहूँगा कि जो मैं मेरे को फिल्म आई सी उदों आप एक नॉर्मल लाइटली एक टॉपिक लैने कि यार एक फिल्म आई है मैं करनी है, मैं देखदा, मैं कॉन्सैप्ट पढ़दा, पर सीरीयसली मैं दिल तो कहना जो मैं ये फिल्म शूट कर गया तो फिल्म की पूरी स्टोरी पढ़ी तो मैं उत्थे जाके देखा कि फौजी वीर जिहड़े बार्डर ते बैठे आ, ये नहीं कि साढ़े हिंदुस्तान के किसी भी देश के दे बार्डर के उत्ते कोई भी फौजी भरा साडा बैठा आर्मी दे विच जागदा तो असी सौने सो वो किहड़ियां तकलीफां दे विच उन्हां नूं कित्थों कित्थों दी लंघना पैंदा वा। सो जदों मैनूं ये चीज़ां पता लग्गिया सो दिलों सल्यूट है। मैं सच्ची कह रहा कि ये फिल्म करन तो बाद आर्मी की रिस्पैक्ट मेरे दिल च इन्नी ज़्यादा वधिया कि मैं दस ही नहीं सकता, मैं शब्दों च बयान नहीं कर सकता है। सो असी टीज़र हले थोड़े दिन लेट रिलीज़ करना सीगा पर रिपब्लिक डे करके मैं कहा भी जरूर हुणे ही कीता जावे। सो जरूर जी तुसीं इस फिल्म नूं सपोर्ट करियो सारे जाने। जगदीप सिंह फ्रॉम इंडियन आर्मी, वीरे सत श्री अकाल जी, थैंक यू सो मच जगदीप ढिल्लों जी, थैंक यू जी। हैप्पी रिपब्लिक डे भाजी, थैंक यू जी, थैंक यू सर। कैरी ऑन जट्टा का ट्रेलर, कैरी ऑन जट्टा का ट्रेलर जी सूबेदार जगिंदर सिंह तो बाद आऊगा जी, क्योंकि 6 अप्रैल नूं फिल्म रिलीज़ हो रही है ये सूबेदार जोगिंदर सिंह, 1 जून नूं होएगी कैरी ऑन जट्टा। सो उस तो बाद कैरी ऑन जट्टा दीयां तैयारियां ने जी। तो मुहम्मद इरफान अब्बासी, सर आपका पलवानपुर से फैन हूँ, थैंक यू जी, थैंक यू वीरे, देखनी है मूवी सामने जरूर जरूर जी, असी डेफिनेटली उधर भी रिलीज़ करांगे फिल्म पक्का। तो जिन्हें बंदे उधरों भी पाकिस्तान तो भी इस वेले लाइव देख रहे हैं, सो इस लाइव नूं भी जरूर सारे जने शेयर करियो जी, जरूर सारे जने सपोर्ट करियो। तो टीज़र साडा जरूर एक बार फिर शेयर करो, क्योंकि मैं कल जदों का टीज़र आया परसों का मैं देख रहा ट्रेंडिंग नंबर 1 चल रहा जी। तो उस तो बिना जिते जिते भी फेसबुक उत्ते शेयर किया, मैं लगता मोर दैन 4-5 थाउजेंड तो मेरे पेज तो ही शेयर किया गया टीज़र। सो बहुत ज़्यादा लोगों ने रिस्पैक्ट तो प्यार दिती है, तुहाडा दिलों थैंक्स है जी। बाकी हुण तो कंटीन्यूसली तैयारियां ने जी सूबेदार जोगिंदर सिंह दी, एक 3-4 दिन का शूट एक पेंडिंग पिया है वो असी हुण करन चले हैं जी। तो जल्दी ही जल्दी तो जल्दी ट्रेलर लैके हाज़र होवांगे जी। तो उम्मीद है तुहानू बहुत घेंट तो खतरनाक फिल्म लगेगी, तुसी इंजॉय करोगे और प्राउड फील करोगे। असी कोशिश पूरी की है जी कि सारयां नूं खास करके जिहड़े आर्मी वाले वीर साडे लई इन्ना कुछ करदे ने उहनां लई खास तौर पर तोहफा है जी। तो कैंट मोगे डिस्ट्रिक्ट की शान सूबेदार जोगिंदर सिंह, बिल्कुल जी, क्योंकि अक्सर जो मोगे लंघते सीगे तो उत्थे उहनां दा स्टैचू लग्या देखते ही घरदिआं नूं पुछदे सीगे कि एक किहनां दा स्टैचू है। सो ज़्यादा मैं देखिया लोगों को बहुत ज़्यादा नॉलेज नहीं सी, सिर्फ इन्ना पता हुंदा सी कि 1962 जिहड़ी चाइना की वॉर सी उहदे शहीद होए सी सूबेदार जोगिंदर सिंह जी, परमवीर चक्कर सीगे, बट उस तो ज़्यादा नॉलेज नहीं सी हुंदी। उस तो असी कोशिश की है कि बाकी सारिया चीज़ा इस फिल्म के परोइया जा किदा एक किसान का पुत एक पिंडों किसान फौज भर्ती हों, क्यों भर्ती हों, की सोच के जाता, की वो सुपने होंगे आ। सो जो देश लड़ता तो उदों की सोच होंगी वो, सो सारिया चीज़ें ये ने जी। तो जरूर देखियो, वैन आर यू कमिंग इन पाकिस्तान गुरद्वारा, मैं बिल्कुल जी मैं बहुत जल्दी आ रहा जी, मेरी कोशिश है शायद मैं इसे फिल्म तो पहला मत्था टेकना आवा जी। पिछली वारी भी असी 2-3 वारी प्लैन किया जी, तो कैरी ऑन जट्टा वेले भी साड़ी पूरी कोशिश है कि कैरी ऑन जट्टा वेले असी जरूर आईए जी। फ्लावर वर्गा नवा गीत वह भी जरूर लैवे जी। की हाल चाल वीरे, लव यू फ्रॉम पाकिस्तान, लव यू टू जी। बाई जी सिरा करता कैरी ऑन जट्टा, जिदा उम्मीद है कि सैकेंड हथ कराऊंगे जरूर जी, सैकेंड बहुत वधिया बनी है जी। तो मैं लगता कि तुहानू भी वधिया लगेगी जी, असी तो बहुत हसे जी। तो ठीक है जी, सारिआं नूं एक बार फिर तो प्यार भरी सत श्री अकाल है। तो ये सारे लाइव में भी जरूर शेयर करो जी, एक बार फिर तो रिपब्लिक डे दीआं बहुत बहुत मुबारक जी। तो सूबेदार जोगिंदर सिंह दे टीज़र नूं प्यार देने लई बहुत बहुत धन्यवाद, दोबारा शेयर कर दो जी, स्प्रैड कर दो जी सारे जने। लव यू ऑल, थैंक यू सो मच, गॉड ब्लैस यू।